ਹਾਂਜੀ ਸਾਰਿਆਂ ਨੂੰ ਇੱਕ ਵਾਰੀ ਅਖੀਰਲੇ ਸੈਗਮੈਂਟ ਵਿੱਚ ਸਵਾਗਤ ਹੈ ਅਸ਼ੋ ਦਾ ਇਸ ਤੋਂ ਪਹਿਲਾਂ ਕਿਸੀਂ ਕਾਲਰ ਨਾਲ ਜਾਈਏ ਤੁਹਾਡੀ ਥੋੜੀ ਹੈਲਪ ਚਾਹੀਦੀ ਹੈ ਮੇਰੇ ਬੰਦੇ ਦੋ ਘਵਾਚ ਗਏ ਬੰਦੇ ਤੁਸੀਂ ਕਹਿੰਨਾ ਕਿ ਦੋ ਘਵਾਚ ਕੇ ਕਿ ਗਾਹ ਕ ਆ ਜਾਂਦੇ ਕੇਸ ਕਰਾ ਜਾਂਦੇ ਆ ਬਾਅਦ ਚ ਚੇਤਾ ਭੁੱਲ ਜਾਂਦਾ ਕਿ ਅਸੀਂ ਭਾਈ ਨੂੰ ਐਡਰੈਸ ਵੀ ਦੱਸ ਦਈਏ ਜਾਂ ਆਪਣਾ ਫੋਨ ਨੰਬਰ ਅਸੀਂ ਬਦਲਾ ਲਿਆ ਉਹ ਵੀ ਦੱਸ ਦਈਏ ਤੇ ਫੋਨ ਚੱਕਦੇ ਨਹੀਂ ਇਹ ਤਾਂ ਸੁਖ ਨਾਲ ਪਹਿਲਾਂ ਇਹਨਾਂ ਦੀ ਸ਼ੇਖੀ ਹੈ ਕਿ ਚਾਰ ਚਾਰ ਫੋਨ ਪਹਿਲਾਂ ਹੁੰਦੇ ਆ ਇਹ ਰੱਖਿਓ ਕੱਲ ਹੀ ਹੁੰਦੀ ਤੁਸੀਂ ਚੱਕਣਾ ਹੀ ਨਹੀਂ ਕਈਆਂ ਦੇ ਪੇਪਰ ਆਇਓ ਆ ਦੇ ਜਿਹਦੇ ਸੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਖਰਾਨੀ ਵਾਲੀ ਗੱਲ ਆ 4 ਸਾਲ ਪਹਿਲਾਂ ਦੀ ਗੱਲ ਆ ਇੱਕ ਬੰਦੇ ਨੇ ਕੇਸ ਪਾ ਕੇ ਚੱਲ ਗਿਆ ਤੇ ਕੇਸ ਪਾ ਕੇ ਚੱਲ ਗਿਆ ਤੇ ਕੋਈ ਧਿਆਨ ਹੀ ਨਹੀਂ ਕੀਤਾ ਉਹਨ ਕੇਸ ਜਿੱਤ ਹੋ ਗਿਆ ਉਹਦੇ ਪੇਪਰ ਆ ਗਏ ਤੇ ਉਹ ਹੋ ਗਿਆ ਪੱਕਾ ਉਹਨੂੰ ਮੈਂ ਫੋਨ ਕਰਾਂ ਲੱਭਾਂ ਬੰਦਾ ਹੀ ਨਾ ਲੱਭੇ ਕਿ ਯਾਰ ਪੱਕਾ ਐ ਤੇ ਕੋਈ ਨਹੀਂ ਮੈਨੂੰ ਦੂਜੀ ਵਾਰੀ ਪਤਾ ਕਿੱਥੇ ਬਣਾ ਪੰਦਾ ਬੰਦਾ ਪੁਲਿਸ ਤੋਂ ਫੋਨ ਆਇਆ ਕਿ ਤੁਹਾਡਾ ਬੰਦਾ ਫੜ ਹੋ ਗਿਆ ਜੀ ਦੋ ਨੰਬਰ ਦੇ ਪਾਸਪੋਰਟ ਤੇ ਕੈਨੇਡਾ ਨਿਕਲ ਨੂੰ ਤੇ ਕੋਸ਼ਿਸ਼ ਕਰਦਾ ਤੇ ਮੈਂ ਫਿਰ ਕਿਹਾ ਅੱਛਾ ਤੂੰ ਹੀ ਹੈ ਕਹਿੰਦਾ ਹਾਂ ਭਾਈ ਮੈਂ ਹੋਈ ਮੈਂ ਕਿ ਤੂੰ ਤਾਂ ਪੱਕਾ ਹੋਇਆ 2 ਸਾਲ ਪਹਿਲਾਂ ਕਿ ਤੈਨੂੰ ਮੈਂ ਲੱਭਦਾ ਫਿਰਦਾ ਤਾਂ ਤੂੰ ਵਾਲੇ ਫੌਜੀ ਪੱਕੇ ਹੋ ਕੇ ਵੀ ਫੌਜੀ ਲਾਈਫ ਸਟਾਈਲ ਦੇਖੋ ਇਹਨਾਂ ਨੂੰ ਕਹਿੰਦੇ ਪੈਦਾਸ਼ੀ ਫੌਜੀ ਕਿ ਫੌਜੀ ਹੈ ਨਾ ਤੇਆ ਕਿ ਪੱਕਾ ਹੋ ਕੇ ਵੀ 2 ਸਾਲ ਹੋ ਕੇ ਇਹ ਨਹੀਂ ਆਇਆ ਕਿ ਮੈਂ ਭਾਜੀ ਨੂੰ ਚੱਲ ਫੋਨ ਕਰਕੇ ਪੁੱਛੇ ਲਵਾ ਕੇ ਭਾਜੀ ਮੇਰੇ ਕੇਸ ਦਾ ਕੀ ਬਣਿਆ ਜਿਹੜਾ ਮੈਂ ਲਾਇਆ ਸੀਗਾ ਜਾਪ ਕੀ ਆ ਕੀ ਨਹੀਂ ਚਲੋ ਜੀ ਜਨਤਾ ਦੇ ਮਗਰ ਲੱਗ ਕੇ ਦੋ ਨੰਬਰ ਦੇ ਪਾਸਪੋਰਟ ਤੇ ਕੈਨੇਡਾ ਉਹ ਹੋ ਗਿਆ ਫੜ ਪਰ ਉਹਨੂੰ ਹੋਈ ਸਜ਼ਾ ਉਹ ਐਨਾ ਪਛਤਾਇਆ ਮਗਾ 2 ਸਾਲ ਹੋ ਗਏ ਤੈਨੂੰ ਪੱਕੇ ਹੋਏ ਨੂੰ ਤੇ ਤੂੰ ਹਲੇ ਇੱਥੇ ਕੰਮਈ ਕਰੀ ਜਾਂਦਾ ਪੌਣ ਘੰਟੇ ਦੇ ਤੇ 2 ਪੌਣਟ ਦੇ ਘੰਟੇ ਦੇ ਤੇ ਏਜੰਟ ਦੇ ਪੈਸੇ ਜਿਹੜੇ ਕੈਨੇਡੀਅਨ ਦੇ ਤੇ ਉਹ ਵੀ ਗਏ ਉਹਦੇ ਤੇ ਇਹ ਗੱਲ ਹੁੰਦੀ ਮੇਰੇ ਦੋ ਬੰਦੇ ਘਾਟ ਗਏ ਇੱਕ ਤਾਂ ਮਨਜਿੰਦਰ ਸਿੰਘ ਹੈ ਸਮੈਦਿਕ ਤੋਂ ਇੱਕ ਅਵਤਾਰ ਲਾ ਲਿਆ ਬੋਲੋ ਹੈਮਟਨ ਤੋਂ ਜੇ ਉਹ ਦੇਖਦੇ ਹੋਣ ਤਾਂ ਤੁਸੀਂ ਦਫ਼ਤਰ ਨੂੰ ਸੰਪਰਕ ਕਰੋ ਹੋ ਸਕਦਾ ਤੁਹਾਡੀ ਕਿਸਮਤ ਵੀ ਖੁੱਲ ਜਾਵੇ ਤੇ ਹਾਂਜੀ ਕਦੇ ਕਦੇ ਹੋ ਜਾਂਦਾ ਹੁੰਦਾ ਤੁਸੀਂ ਉਹ ਕੰਮ ਨਾ ਕਰਿਓ 4 ਸਾਲ ਵਾਲਾ ਤੇ ਦੱਸਦੇ ਕਿ ਉਹ ਮਾਰਜੇ ਫੋਨ ਤੁਸੀਂ ਬਦਲਾਉਣੇ ਹੁੰਨੇ ਆ ਕਿ ਕਿੱਥੇ ਆ ਕਿੱਥੇ ਨਹੀਂ ਜੇ ਕਿਸੇ ਨੂੰ ਪਤਾ ਆ ਕਿ ਕਿੱਥੇ ਆ ਤਾਂ ਉਹਨਾਂ ਮਾਰਿਆਂ ਨੂੰ ਦੱਸ ਦਿਓ ਕਿ ਭਾਹ ਰਜਾਪ ਕਹਿੰਦਾ ਸੀ ਤੁਹਾਮਾਰ ਦਫ਼ਤਰ ਕਰਕੇ ਫੋਨ ਨੰਬਰ ਦੇ ਦਿਓ ਤੇ ਦੋ ਬੰਦੇ ਮੇਰੇ ਜਰੂਰ ਲੱਭ ਦਿਓ ਇਹ ਤਾਂ ਸ਼ੁਕਰ ਕਰੋ ਹਲੇ ਟੈਲੀ ਤੇ ਆਉਣਾ ਮੈਂ ਕਹਿ ਸਕਦਾ ਜੇ ਮੈਂ ਟੈਲੀ ਤੇ ਨਾ ਆਉਂਦਾ ਹੁੰਦਾ ਤਾਂ ਇਹ ਬੰਦੇ ਕਿੱਥੋਂ ਲੱਭਣੇ ਸੀਗੇ ਇਹ ਪਤਾ ਨਹੀਂ ਹੁਣ ਕਿੱਥੇ ਬੈਠੇ ਹੋਣੇ ਆ ਕੋਈ ਕਿਤੇ ਹੋ ਨਿਕਲਣਾ ਕੋਈ ਕਿਤੇ ਹੋ ਪਰ ਜ਼ਰੂਰ ਇਹ ਤੁਸੀਂ ਮਨਜਿੰਦਰ ਸਿੰਘ ਸਮਹਿਲਿਕ ਤੋਂ ਤਾਂ ਉਤਾਰ ਲਾਲ ਬੋਲੋ ਹੈਮਪਟਨ ਤੋਂ ਤੁਸੀਂ ਕੇਸ ਕਰਾ ਕੇ ਆ ਤੁਸੀਂ ਜ਼ਰੂਰ ਕੰਟੈਕਟ ਕਰੋ ਦਫ਼ਤਰ ਨੂੰ ਤੇ ਦੇਖੋ ਕਿੰਨਾ ਵਧੀਆ ਤੁਹਾਡਾ ਵਕੀਲ ਹੈ ਕਿ ਟੀਵੀ ਤੇ ਆ ਕੇ ਵੀ ਤੁਹਾਨੂੰ ਹਾਕਾ ਮਾਰਦਾ ਤੇ ਨਹੀਂ ਤਾਂ ਅਗਲਾ ਕਹਿੰਦਾ ਕਿ ਜੇਬ ਚ ਪਾ ਕੇ ਚੱਲ ਕੋਈ ਗੱਲ ਨਹੀਂ ਪੱਕਾ ਹੁੰਨਾ ਤਾਂ ਕਿਸੇ ਹੋਰ ਨੂੰ ਕਾਗਜ਼ ਦੇ ਦਿੰਨੇ ਆ ਫੋਟੋ ਲਾ ਕੇ ਆ ਕੰਮ ਵੀ ਹੋ ਜਾਂਦਾ ਪਰ ਨਹੀਂ ਦੇਖੋ ਕਿੰਨੀ ਇਮਾਨਦਾਰੀ ਕਰਦੇ ਆ ਵਕੀਲ ਹਾਕ ਮਾਰਦਾ ਗਾਕ ਨੂੰ ਲੱ ਕਿ ਮੇਰਾ ਕੋਈ ਮੋੜ ਲਿਆ ਹੋਣੀ ਗਾਕ ਮੈਂ ਗਾਕ ਮੇਰਾ ਗਵਾਚਿਆ ਗਾਕ ਮੇਰਾ ਗਵਾਚ ਗਿਆ ਆਹੂੰ ਕੀ ਜੋੜਨਾ ਪੈਣਾ ਤੇ ਜਰੂਰ ਛੇ ਇਹਨਾਂ ਨੂੰ ਤੁਸੀਂ ਜਾਣਦੇ ਇਹਨਾਂ ਨੂੰ ਕਿਹਾ ਮਾੜੇ ਕਿਹਾ ਕਿ ਹੋ ਸਕਦਾ ਭਰਾਵਾ ਕਿਸਦਾ ਭੱਲਾ ਹੀ ਹੋ ਜੂ ਉਹਨਾਂ ਦੇ ਪੇਪਰ ਆਉਣ ਦੀ ਟਾਈਮ ਹੋ ਗਿਆ ਤਾਂ ਹੁਣ ਉਹ ਲੱਭਦੇ ਨਹੀਂ ਅਮੇਜ਼ਿੰਗ ਆਪਣੇ ਬੰਦੇ ਰੱਬ ਹੀ ਰੱਖਾ ਸੱਚੀ ਰੱਬ ਹੀ ਰੱਖਾ ਆਪਣੀ ਜਨਤਾ ਦਾ ਤਾਂ